ਕੀ ਹਾਲ ਹੈ ਉਹ ਠੀਕ ਹੋ ਅੱਖਾਂ ਬਣਾ ਲਈਆਂ ਦਵਾਈ ਪਈ ਹੈ ਤੁਹਾਡੀ ਹੋਰ ਸੁਣਾਓ ਘਰੇ ਸਭ ਠੀਕ ਹੁਣ ਸ਼ੇਰ ਇੱਥੇ ਰਹਿੰਦਾ ਗਿੱਤੇ ਗੁੱਤਰ ਉੱਥੇ ਵਧੀਆ ਹੈ ਤੁਹਾਨੂੰ ਪਤਾ ਮਾਮੀ ਜੀ ਇੱਕ ਵਾਰੀ ਛੋਟਾ ਜਿਹਾ ਹੁੰਦਾ ਸੀ ਤੇ ਮਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਸੁੱਤਾ ਪਿਆ ਸੀ ਸੋ ਮਾਂ ਦੀ ਆਦਤ ਸੀ ਪੰਜ ਕੁ ਵਜੇ ਮਾਂ ਉੱਠਦੀ ਸੀ ਸਾਨੂੰ ਵੀ ਨਾਲ ਆਵਾਜ਼ ਮਾਰ ਕੇ ਉਠਾ ਦਿੰਦੀ ਸੀ ਮੰਡੀ 'ਚ ਤੇ ਇੱਕ ਦਿਨ ਮੈਂ ਉੱਠਿਆ ਨਹੀਂ ਪਰ ਉੱਠਿਆ ਨਹੀਂ ਪਏ ਦੇ ਮੂੰਹ ਤੇ ਇੰਨੀ ਜ਼ੋਰ ਦੀ ਮਾਰਿਆ ਥਪੜਾ ਐਂਡ ਉਸ ਦਿਨ ਤੋਂ ਬਾਅਦ ਅੱਜ ਤੱਕ ਜਿੰਨਾ ਚਿਕਰ ਮੈਂ ਰਿਹਾ ਮਾਂ ਕੋਲ ਤੇ ਮਾਂ ਦਾ ਟਹਿਰ ਰਹੇ ਸੀ ਉਹਨੇ ਕਹਿੰਦਾ ਰਾਜੇ ਰਾਜਾ ਉੱਠ ਕੇ ਖੜਾ ਹੋ ਜਾ ਇਹ ਗੱਲ ਠੀਕ ਹੈ ਕਿ ਨਹੀਂ ਓਕੇ ਚਲੋ ਫਿਰ ਉਹਦਾ ਮੇਰਾ ਜੇ ਜਾ ਜੇ ਕਿਸੇ ਚ ਕੰਮ ਖਾਰ ਸੀ ਉਹ ਹੋ ਜਾ ਫਿਰ ਹੋ ਜਾ ਹੋ ਗਿਆ ਮੈਂ ਨਾ ਆਖਣਾ ਆ ਵਗਿਆ ਮੈਂ ਚੁੱਪ ਨਾ ਛੱਲਤਾ ਹੋ ਗਿਆ ਪਰ ਤੇ ਫਿਰ ਉਹ ਮੇਰੇ ਵਿਚਾਰਾ ਪਾਉਂਦਾ ਰਹਿੰਦਾ ਚਲੋ